क्या कहूंगा गुरविंदर जी ने भाई पानी भरिया क्या कहना भाई रब उन्हां दा वी भला करे बहुत माड़ा करिया जे किसी ने जिद्दबाजी हुंदी आ ਤਾਂ ਆਪਣੀ ਸਿੱਧਾ ਪੰਗਾ ਲੈਣਾ ਚਾਹੀਦਾ ਇੱਕ ਨਾ ਉਹ ਨਹੀਂ ਕਰਨਾ ਚਾਹੀਦਾ ਵੀ ਧੰਨ ਇਹਦਾ ਜਿਗਰਾ ਮੇ ਬਲੌਗ ਦੇ ਵਿੱਚ ਸਵਾਗਤ ਆ ਅੱਜ ਆਪਾਂ ਵੱਢਣ ਲੱਗੇ ਹਾਂ ਕਣਕ ਤਕਰੀਬਨ ਜਗ੍ਹਾ ਹੈਗੀ ਆ 5 ਕਿੱਲਿਆਂ ਤੇ ਇੱਕ ਕਨਾਲ ਘੱਟ ਮਿਕਸ ਬੀਜੀ ਤੀ ਆਪਾਂ ਨੇ 187 ਤੇ 303 ਬੀਜੀ ਤੀ ਆਪਾਂ ਨੇ 15 ਨਵੰਬਰ ਨੂੰ ਬੀਜ ਪਾਇਆ ਤਾਂ ਤਕਰੀਬਨ 22 ਕਿੱਲੋ 303 ਦਾ 22 ਕਿੱਲੋ 187 ਦਾ रात देखो गिरी पई आ सारी तकरीबन वह परला कीला जड़ा थोड़ा बहुता खड़ा है वह डाकर बाहन अपना है ना कीला बाकी आ सारी दरम्यानी जमीन ला लो है ना जां सियोटी जमीन ला लो बाकी झाड़ दस दें थोनू झाड़ किवें आउंदा है ना सारा कंप्लीट ब्लॉग बनावांगे सारा है ना कि ए टू जैड किन्ना झाड़ आउंदा किद्दां रहिंदी आ अपनी जिहड़ी इह कणक आ आपां ने अबला बीज रखना नहीं हैगा ठीक आ बीज आपां गाहां वाले टाइम होर वरायटियां लावांगे ये वरायटियां आपां ने लाउणियां नहीं इस टाइम आपां ने 3 वरायटियां लाई हुई थी 10.25 किलियां दे विच 187 303 272 श्री राम दी ठीक आ तिन्ने वरायटियां आपां ने गाहां नूं नहीं लाउणियां जे लावांगे तां 187 लावांगे ठीक आ जां फिर 303 इनू रिपीट करांगे जां तां 869 वरायटी बहुत सोहनी वरायटी है ना वह लावांगे 826 लावांगे वह भी बहुत सोहनी रही है इस बार जां 187 वा गिरदी आ उदां कोई नुक्स नहीं हैगा वरायटी दे विच ठीक है जी कंबाइन आने वाली आ वह अपना ट्रैक्टर ट्राली खड़ी है एक ट्राली आ मंडी दे विच वेली हो रही आ फिर वह आ जाऊगी ठीक है जी करदे आ शुरुआत ਆਪਾਂ ਨੇ ਲਾਗਾਂ ਵਧਾਤੀਆਂ ਤੀਆਂ ਹੋ ਗਿਆ ਹਫ਼ਤਾ ਲਾਗਾਂ ਵਧਾਈਆਂ ਨੂੰ ਪਰਮਾਤਮਾ ਦੀ ਮਿਹਰ ਰਹੀ ਆ ਰਾਤ ਵੀ ਮੀਂਹ ਆਉਂਦਾ ਆਉਂਦਾ ਰਹਿ ਗਿਆ ਠੀਕ ਆ ਹਰੇਕ ਸ਼ਾਮ ਨੂੰ ਹਰੇਕ ਰਾਤ ਨੂੰ ਮੀਂਹ ਇੱਦਾਂ ਲੱਗਦਾ ਕਿ ਆ ਗਿਆ ਵੀ ਠੀਕ ਆ ਪਰ ਲੰਘ ਜਾਂਦਾ ਅਰਦਾਸ ਸੁਣਦਾ ਪਰਮਾਤਮਾ ਸਾਡੀ ਹੈ ਨਾ ਬਹੁਤ ਬਹੁਤ ਧੰਨਵਾਦ ਉਹ ਅਕਾਲ ਪੁਰਖ ਵਾਹਿਗੁਰੂ ਦਾ ਜਿਹਨੇ ਸਾਨੂੰ ਹੈ ਨਾ ਨਿਮਾਣਿਆਂ ਨੂੰ ਰੋਟੀ ਰੋਜੀ ਜੋਗੇ ਰੱਖਿਆ ਹੈ ਨਾ ਬਾਕੀ ਆਲੇ ਦੁਆਲੇ ਏਰੀਏ ਦੇ ਵਿੱਚ ਬਾਈ ਬਹੁਤ ਗੋਲੇ ਪਏ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਆਪਾਂ ਇਹ ਨਾ ਵਡਿਆਈ ਕਰੀਏ ਕਿ ਐਕਤੀ ਫਸਲਾਂ ਦਾ ਝਾੜ ਆ ਜਿਹੜਾ ਵਧੀਆ ਰਿਹਾ ਪਰ ਵਧੀਆ ਨਹੀਂ ਰਿਹਾ ਠੀਕ ਆ ਜੀਰੀ ਦੇ ਵਿੱਚ ਨੁਕਸਾਨ ਬਹੁਤ ਹੋਇਆ ਉਹਦੀ ਤਾਂ ਭਰਪਾਈ ਵੀ ਨਹੀਂ ਹੋਈ ਹੈਗੀ ਅਜੇ ਠੀਕ ਆ ਬਾਕੀ ਆਲੇ ਦੁਆਲੇ ਨੁਕਸਾਨ ਬਹੁਤ ਹੋਇਆ ਕਣਕਾਂ ਦਾ ਖਾਸ ਕਰਕੇ ਉਹ ਸੰਗਰੂਰ ਏਰੀਏ 'ਚ ਜਾਂ ਸਾਰੇ ਏਰੀਆਂ ਦੇ ਵਿੱਚ ਹੋਇਆ ਕੋਈ ਕੋਈ ਇਲਾਕਾ ਛੱਡ ਕੇ ਕੋਈ ਕੋਈ ਇਲਾਕੇ 'ਚ ਤਾਂ ਤਹਿਰ ਤਹਿਸ ਨੈਸ ਕਰਤਾ ਠੀਕ ਆ ਜੀ ਸ਼ੁਰੂਆਤ ਕਰਦੇ ਹਾਂ ਕੰਬਾਈਨ ਆਈ ਤੇ ਫਿਰ ਬਣਾਉਂਦੇ ਹਾਂ ਵੀਡੀਓ ਮੰਡੀ 'ਚ ਬਣਾਉਂਦੇ ਹਾਂ ਕਿ ਕਿੱਦਾਂ ਰਹਿੰਦਾ ਆਪਣਾ ਝਾੜ ਵੀ ਚੱਲ ਪਈ ਕੰਬਾਈਨ ਬਹੁਤ ਬਹੁਤ ਮੁਬਾਰਕਾਂ ਇੱਥੇ ਤਾਂ ਅਸੀਂ ਪਹਿਲਾਂ ਤੂੰ ਉਹ 2.25 ਕਿੱਲੇ ਥੱਲੇ ਵਾਲੇ ਕੱਢ ਲਏ ਆਈਏ ਆਹ ਦੇਖੋ ਨੱਕਾ ਬਚ ਗਿਆ ਬਾਈ ਡਰਾਈਵਰ ਵਧੀਆ ਹੋਣ ਦੀ ਆ ਉਹ ਆ ਟਿਊਬਵੈਲ ਵਾਲਾ ਨੱਕਾ ਸਰਕਾਰੀ ਟਿਊਬਵੈਲ ਦਾ ਉਹ ਮੈਂ ਦੇਖਿਆ ਵੀ ਨਹੀਂ ਹੈਗਾ ਭਈਏ ਨੇ ਵੀ ਗੌਰ ਨਹੀਂ ਕਰਿਆ ਹੈ ਨਾ ਕਿ ਆਲੇ ਦੁਆਲੇ ਤਾਂ ਸੋਹਣਾ ਵੜਦੀਏ ਦਿਖ ਜਾਊਗਾ ਬੰਦੇ ਨੂੰ ਹੈ ਨਾ ਬਾਈ ਗਿੱਲ ਬਹੁਤ ਆ ਥੱਲੇ ਬਹੁਤ ਗਿੱਲ ਆ ਜਿੱਥੇ ਗਰੀਬ ਵੀ ਆ ਗਿਆ ਗੁਰਵਿੰਦਰ ਵੀਰ ਹੈ ਨਾ ਯਾਰ ਇੱਕ ਬੰਦੇ ਨੇ ਬਹੁਤ ਮਾੜਾ ਕਰਿਆ ਇਹਦੇ ਨਾਲ ਇਹਦੇ 4.25 ਕਿੱਲੇ ਠੀਕ ਆ ਵੱਢਣੇ ਵਾਲੇ ਤੇ ਅੱਜ ਵੱਢਣੇ ਤੇ ਕਿਸੇ ਨੇ ਟਾਕੀ ਵਾਲੀ ਮੋਟਰ ਜਿੱਦਾਂ ਹੈ ਨਾ ਬਿਨਾਂ ਕੋਠੇ 'ਤੇ ਹੁੰਦਾ ਖੁੱਲ੍ਹਾ ਤਾ ਕਿਸੇ ਨੇ ਆਟੋਮੈਟਿਕ ਅੰਦਰ ਵਾਲਾ ਵੀ ਵਿੱਚ ਜਿਹੜਾ ਛੋਟਾ ਜਿਹਾ ਹੁੰਦਾ ਉਹ ਵੀ ਲਾ ਤਾ ਠੀਕ ਆ ਬਾਹਰ ਵਾਲਾ ਵੀ ਅਤੇ ਤਾਰਾਂ ਜੋੜ ਕੇ ਤਾਰਾਂ ਖੋਲੀਆਂ ਹੋਈਆਂ ਤੀਆਂ ਸਾਰੇ ਕਿੱਲੇ ਭਰਤੇ ਦੇ 4.25 ਦੇ 4 ਕਿੱਲੇ ਜਿਹੜੇ ਇਹਦੇ ਸਾਰੇ ਖਤਮ ਕਰਤੇ ਹੁਣ ਸੁੱਕੂ ਪਾਣੀ ਤਾਂ ਇਹਦਾ ਠੀਕ ਹੈ ਨਾ ਵੱਢ ਹੋਊਗੀ ਬਹੁਤ ਮਾੜਾ ਕਰਿਆ ਕਿਸੇ ਨੇ ਕਰੀਮ ਮਾਰ ਕਰੀ ਆ ਸਾਰੀ ਜਿੰਨੀ ਵੀ ਜ਼ਮੀਨ 'ਤੇ ਉਹ ਠੇਕੇ ਪ੍ਰਤੀ ਆਪਾਂ ਬਣਾਉਂਗੇ ਠੀਕ ਆ ਵੀਡੀਓ ਹਾਂ ਮੈਂ ਦੇਖ ਲਿਆ ਪਰਨਾਹੀ 4 ਵਜੇ ਬੜੀ ਆ ਕੰਬਾਈਨ ਉਹੀ 1.25 ਘੰਟਾ ਲਾਉਂਦੀ ਆ ਕਿੱਲੇ ਨੂੰ ਹਾਂ ਗਿਰੀ ਹੋਈ ਕਰਕੇ ਹੈ ਨਾ ਕਿਆ ਕਹੂੰਗਾ ਗੁਰਵਿੰਦਰ ਜਿਨ੍ਹਾਂ ਨੇ ਬਾਈ ਪਾਣੀ ਭਰਿਆ ਕਿਆ ਕਹਿਣਾ ਬਾਈ ਰੱਬ ਉਹਨਾਂ ਦਾ ਵੀ ਭਲਾ ਕਰੇ ਮਾੜਾ ਕਰਿਆ ਬਾਈ ਬਹੁਤ ਮਾੜਾ ਕਰਿਆ ਜੇ ਕਿਸੇ ਨਾਲ ਜਿੱਦਬਾਜ਼ੀ ਹੁੰਦੀ ਆ
ਤਾਂ ਆਪਣੀ ਸਿੱਧਾ ਪੰਗਾ ਲੈਣਾ ਚਾਹੀਦਾ, ਇੱਕ ਨਾ ਉਹ ਨਹੀਂ ਕਰਨਾ ਚਾਹੀਦਾ ਵੀ ਧੰਨ ਇਹਦਾ ਜਿਗਰਾ, ਸਾਡੇ ਵਰਗਿਆਂ ਦਾ ਹਾਰਟ ਅਟੈਕ ਹੋ ਜਾਵੇ, ਸਾਡੇ ਤਾਂ ਕੰਬਾਈਨ ਨਾ ਖਿੱਚ ਆਵੇ, ਸਾਨੂੰ ਤਾਂ ਹੋ ਜਾਂਦਾ। ਧੰਨ ਆ ਬਾਈ, ਤੂੰ ਬਹੁਤ ਮਾੜਾ ਕਰਿਆ ਬੰਦੇ ਨੇ, ਬਹੁਤ ਜਾ ਕੀੜੇ ਕੀੜੇ ਪਾਉਣੇ ਆ, ਕੀੜੇ ਰੱਬ ਨੇ ਉਹਨਾਂ ਦੇ, ਠੀਕ ਹੈ ਨਾ ਬਾਈ। ਬਹੁਤ ਦਿਲ ਦੇ ਕਾਲੇ ਲੋਕ ਆ, ਬਹੁਤ ਦਿਲ ਦੇ। ਹਾਂ ਹਾਂ, ਤਾਰਾਂ ਲਾਈਆਂ, ਥੱਲੇ ਗ੍ਰਿਪ ਲਾਏ, ਆਟੋਮੈਟਿਕ ਅੰਦਰਲਾ ਲਾਇਆ, ਫਿਰ ਬਾਹਰਲਾ ਲਾਇਆ, ਫਿਰ ਲਾਈਟ ਵੀ ਸੋਹਣੀ ਗਾਹਾਂ ਦੇ ਤੀ, ਤਿੰਨ ਚਾਰ ਦਿਨ ਬਾਅਦ ਆਈ ਤੀ ਰਾਤ ਨੂੰ, ਨਹੀਂ ਆਉਂਦੀ ਨਹੀਂ ਤੀ, ਠੀਕ ਹੈ ਨਾ। ਰਾਤ ਦੇ 10 ਵਜੇ ਤੋਂ ਲੈ ਕੇ ਸਵੇਰ ਦੇ 7 ਵਜੇ ਤੱਕ ਚੱਲੀ ਆ ਲਾਈਟ, ਹਿਸਾਬ ਲਾ ਲਓ ਤੁਸੀਂ ਹੁਣ ਕਿ ਕਿੰਨਾ ਖਰਾਬਾ ਕਰਤਾ। ਓਹੋ ਆ ਰਹਿ ਗਏ ਇਹ ਕੱਟਣ ਨੇ, ਤੂੜੀ ਆਹ ਜਿਹੜੀ ਗਿਰੀਆਂ ਵੀ ਆ ਇਹਨਾਂ ਦੀ, ਕਾਲਾ ਪਾਣਾ ਆਊਗਾ ਤੂੜੀਆਂ 'ਚ, ਤੂੜੀਆਂ ਕਾਲੀਆਂ ਹੋ ਜਾਣੀਆਂ। ਚੱਲ ਦੇਖਦੇ ਹਾਂ ਕਿਆ ਬਣਦਾ, ਕਿਆ ਹੁੰਦਾ। ਉਹ ਲੱਗ ਗਈ, ਮੈਨੂੰ ਲੱਗਦਾ ਗੇੜਾ ਲੱਗ ਜਾਣਾ ਉੱਪਰ ਨੂੰ, ਲੱਗ ਫਿਰ 2.25 ਕਿੱਲੇ ਦਾ ਉਹ ਹੈ ਇਹ ਘੇਰਾ। ਦੇਖਦੇ ਹਾਂ ਥੋੜ੍ਹਾ ਜਿਹਾ ਹੋਰ ਭਰ ਜੂਗਾ ਟੈਂਕ ਫੁੱਲ ਹੋ ਜੂ, ਥੱਲੇ ਲੱਗ ਜਾਂਦੇ ਨਾ ਸਿੱਟੇ ਪਏ ਆ ਨਾ, ਆਪੇ ਗਾਂ ਕਰ ਲੂ ਥੋੜਾ ਜਿਹਾ, ਕੋਈ ਚੱਕਰ ਨੀ, ਅਧਿਕਾਰ ਰਹਿ ਜਾਂਦੇ ਇੱਕ ਨਾ। ਇੱਧਰ ਘੇਰਾ ਆਇਆ ਨੀ ਹੈਗਾ, ਹੌਲੀ 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 ਭਰਾ ਮੇਰੇ ਆ, ਦੌੜ ਬਹੁਤ ਬੜੀ ਆ। ਚਲੋ ਖਾਲੀ ਉਹ ਤੇਰੇ ਘੇਰਾ ਨਹੀਂ ਆਇਆ ਉੱਪਰ ਨੂੰ, ਵਿੱਚ ਨੂੰ ਆਉਣਾ ਪਿਆ ਸਮਾਂ ਤੇ। ਓਹੋ ਆ ਵੀ ਰਹਿੰਦੀ ਆ, ਚੱਲ ਪਵਾ ਤੂੰ ਇੰਨੇ ਦਾਣੇ, ਦਾਣੇ ਪਵਾ। ਮਿੱਤਰੋ ਰਹਿ ਗਈਆਂ ਆਹ 5 ਕਨਾਲਾਂ, 9 ਕਨਾਲਾਂ, 14 ਕਨਾਲਾਂ ਰਹਿ ਗਈਆਂ, ਬਾਕੀ ਆਪਾਂ ਨੇ ਰਗੜਤਾ। ਇੱਕ ਉਹ ਟਰਾਲੀ ਖੜਾਤੀ ਲਿਆ ਕੇ, ਜਿਹੜੀ 2-4 ਬੰਬੂ ਹੋਣਗੇ ਉਹ ਪਾ ਦੇਣਗੇ, 2-4 ਤਾਂ ਖਾਸੇ ਹੋ ਗਏ, ਮੰਨ ਕੇ ਚੱਲੋ ਬੰਬੂ 1.5 ਬਸ ਬਾਈ। ਬਹੁਤ ਫਾਇਦਾ ਲਾਗਾਂ ਬਣਾਈਆਂ ਦੀਆਂ, ਹੈ ਨਾ, ਲਾਗਾਂ ਬਣਾ ਕੇ ਬਹੁਤ ਜ਼ਿਆਦਾ ਫਾਇਦਾ, ਕਿਉਂਕਿ ਖਰਾਬਾ ਨਹੀਂ ਬਹੁਤ, ਨਹੀਂ ਤਾਂ ਬਾਈ ਔਖਾ ਹੋ ਜਾਂਦਾ। ਆਹ ਗੁਰਵਿੰਦਰ ਬਾਈ ਬੈਠਾ ਆਪਣਾ, ਇਹਨੇ ਤੂਫਾਨ ਮਚਾਇਆ ਵਾ ਸਾਡੇ ਪਿੰਡ ਦੇ ਛੋਕਰੇ ਨੇ ਬਾਈ, ਇੰਨਾ ਤੇਜ਼ ਭਜਾਉਂਦਾ, ਗਿੱਠ ਗਿੱਠ ਇੱਕ ਪਾਸੇ ਟਰਾਲੀ ਚੱਕ ਦਿੰਦਾ। ਕੋਈ ਨਹੀਂ, ਚਲੋ ਜਵਾਨੀ ਹੈ ਭਾਈ, ਬਹੁਤ ਆਵਾਜ਼ ਵੀ ਦੂ ਉਲਟ ਹੋ ਗਈ ਹੁਣ, ਮਿੱਟੀ ਬਹੁਤ ਬਹੁਤ ਉੜਦੀ ਹੈ ਨਾ। ਆਹ ਰਹਿ ਗਈਆਂ 5 ਕਨਾਲਾਂ ਆਪਣੀਆਂ ਪਨੀਰੀ ਵਾਲੀਆਂ, ਉਹ ਰਹਿ ਗਈਆਂ 9 ਕਨਾਲਾਂ, ਉਹ ਟਰਾਲਾ ਬਾ ਇਹ ਵੀ ਭਰਨੇ ਜੇ ਵਾਲਾ ਹੀ ਹੈ, ਇੱਕ ਅੱਧਾ ਬੰਬੂ ਪਊਗਾ ਬਸ। ਉਹ ਵੀ ਉਸਤਾਦੋ ਨਿਬੜ ਗਿਆ ਕੰਮ, ਪੂਰਾ TC ਲਾ ਕੇ ਭਰ ਗਿਆ ਆਪਣਾ ਟਰਾਲਾ, ਨਿਬੜ ਗਿਆ। ਬਾਕੀ ਕੱਲ੍ਹ ਨੂੰ ਮੰਡੀ 'ਚ ਮਿਲਦੇ ਹਾਂ। ਇੱਧਰ ਹੁਣ ਦੂਜੇ ਖੇਤ 'ਚ ਹੋਰ ਵੀਰ ਦੇ ਲੱਗੀ ਆ ਹੁਣ ਮਸ਼ੀਨ, ਨਿਬੜ ਗਿਆ ਕੰਮ ਆਪਣਾ। ਗੁੱਡ ਮੋਰਨਿੰਗ ਆ ਜੀ ਤੁਹਾਨੂੰ ਸਾਰਿਆਂ ਨੂੰ, ਸੱਜਰੀ ਸਵੇਰ ਦੀਆਂ ਬਹੁਤ ਬਹੁਤ ਮੁਬਾਰਕਾਂ। ਆਹ ਟਰਾਲੇ 'ਚ 1 ਬੰਬੂ ਆ ਆਪਣੇ 'ਚ, ਪਹਿਲਾਂ ਇਹਨੂੰ ਖਾਲੀ ਕਰਾ ਦਿੰਦਾ, ਫਿਰ ਘਰਾਂ 'ਤੇ ਦੂਆ ਲਿਆਉਂਗੇ। ਉਹ ਪੂਰਾ ਇਹਨੇ ਭਰ ਗਿਆ ਤਾਂ ਇਹ ਗੰਜਾਇਸ ਹੈ ਨਹੀਂ ਤੀ, ਫਿਰ ਤਾਂ ਕਰਕੇ ਆਪਾਂ ਨੇ ਠੀਕ ਆ ਇਹਦੇ ਵਿੱਚ ਪਵਾ ਲਿਆ 1 ਬੰਬੂ ਬਾਈ। ਮਿੱਟੀ ਬਹੁਤ ਆ, ਘਰ ਰੱਖਣੀ ਆ, ਪਰ ਹੁਣ ਉਰੇ 'ਤੇ ਪੱਖਾ ਲਵਾ ਕੇ ਲੈ ਕੇ ਜਾਊਂਗੇ, ਧੋ ਧੋ ਕੇ ਖਾਣੀ ਪੈਣੀ ਹੈ ਇਹ, ਹੈ ਨਾ, ਆਟਾ ਪਿਹਾਉਣਾ ਪੈਣਾ। ਬਹੁਤ ਮਿੱਟੀ ਆ ਕਿਉਂਕਿ ਥੱਲੇ 'ਤੇ ਚੱਕਣੀ ਪਈ ਆ। ਬਾਕੀ ਦੱਸਦੇ ਹਾਂ ਝਾੜ ਝੂੜ, ਅੰਦਾਜ਼ੇ ਨਾਲ ਝਾੜ 22-23 ਦਾ ਝਾੜ ਆ ਸਕਦਾ, ਬਾਕੀ ਦੇਖਦੇ ਹਾਂ, ਹੈ ਨਾ, ਦੱਸਦੇ ਹਾਂ ਤੁਹਾਨੂੰ ਫਿਰ ਕਲੀਅਰ। ਲਓ ਵੀ ਮਿੱਤਰੋ, ਦੂਆ ਦਿਨ ਹੋ ਗਿਆ, ਤੜਕੇ 3:30 ਵਜੇ ਆਪਣੀ, ਹੈ ਨਾ, ਜੁਖੀ ਆ ਕੰਡਾ ਲੱਗ ਗਿਆ, ਝਾੜ ਤਕਰੀਬਨ ਆਇਆ 20.5 ਦਾ ਝਾੜ ਆ ਗਿਆ, ਠੀਕ ਹੈ ਜੀ। ਔਨ ਐਵਰੇਜ ਆਪਣਾ ਕੰਮ ਨਿਬੜ ਗਿਆ, ਕੱਲ੍ਹ ਨੂੰ ਬਣਾਉਂਦੇ ਹਾਂ ਤੂੜੀ, ਔਨ ਐਵਰੇਜ ਆਪਣਾ 20-20 ਦੇ ਵਿੱਚ ਵਿੱਚ ਝਾੜ ਹੈਗਾ,
ठीक है जी, 10.25 किले अपन ने कणक थी, उहदे विचों 20 सवा 20 साढ़े 20 बस है इहदे विच विच अपना झाड़। आपां कोई जेन्युइन गल दसदे आ ना कि आपां गप गुप वाला अपना सिस्टम है नहीं, ना आपां किसे दे ओला रखदे आ किसी गल का। क्यों रे घटिया झाड़ है ना, क्योंकि भाई गिरी भी बहुत ही बहुत ज़्यादा नाश बज गया था कणक का, इन्ना ज़्यादा नाश बजे था। चलो फिर भी परमात्मा का शुक्र है कि 20 का आ गया झाड़, घट्टो घट 20 का झाड़ तो आना चाहिए किसान का, है ना, घट्टो घट जीरी का 30 फिर ठीक आ, फिर लॉस नहीं होंदा है, नहीं भाई आप पल्ले ते पैसे पैने बहुत बुरा हाल है ना। चलो परमात्मा का बहुत बहुत शुक्रिया, जिन्ना भी झाड़ आया धन्यवाद उहदा बहुत बहुत, क्योंकि इंसान की फितरत है इन्हें कदे खुश नहीं होना है, चाहे 40 का झाड़ आ जाए फिर भी खुश नहीं होना है। ठीक है जी, धन्यवाद शुक्रिया परमात्मा का।